हम भी यही कहेंगे कि हम पूरे महीने नौकरी भी कर रहे हैं, उसमें से भी हमारी सैलरी काटी जा रही है। क्यों सबकी सैलरी बढ़ा रहे हैं, हमारी कोई सैलरी नहीं बढ़ रही, कुछ नहीं हो रहा। अभी कोई इंश्योरेंस भी नहीं मिली? कुछ नहीं जी मिला, सिर्फ ईएसआई है। हाँ जी ठीक है। कोई ग्लव्स नहीं, कोई पैरों में जूते नहीं, ठीक है ना, ना सिर पे कोई कैप दी है। A1 पंजाबी टीवी देख रहे सारे दर्शकों का स्वागत है। मैं तुहाडा दोस्त हरप्रीत सोढ़ी ते लैके हाजिर हाँ जी। करंट इशू लई चलदे जी मोहाली। जिवें कि तुहानू असीं कल एक खबर दिखाई सी मोहाली तों कि कुछ सफाई कर्मचारी जिहड़े कि कंपनी दे वल्लों टेंडर कंपनी वल्लों भरे जांदे ने, ते जिहड़े सफाई कर्मचारी आ उह जिहड़े दिन रात अपने कम्मां विच लगे होए ने, उहनां नूं खाण पीण लई कुछ भी नहीं मिल रहा, उह उहनां नूं पाणी तक नहीं पीण लई मिल रहा सी। ਅਤੇ ਅਸੀਂ ਉਹਨਾਂ ਨਾਲ ਸਿੱਧੀ ਗੱਲਬਾਤ ਕੀਤੀ ਸੀ ਸਫਾਈ ਕਰਮਚਾਰੀ ਰਾਜੂ ਨਾਲ, ਜਿਨ੍ਹਾਂ ਨੇ ਕਿ ਆਪਣਾ ਪੱਖ ਰੱਖਿਆ ਸੀ। ਇਸ ਪੱਖ ਤੋਂ ਬਾਅਦ ਹੁਣ ਇੱਕ ਨਵਾਂ ਇਸ ਖਬਰ 'ਚ ਮੋੜ ਆ ਗਿਆ। ਤੁਹਾਨੂੰ ਦੱਸ ਦਈਏ ਕਿ ਕੰਪਨੀ ਦੇ HR ਦੇ ਵੱਲੋਂ ਰਾਜੂ ਨੂੰ ਫੋਨ ਕਰਕੇ ਕੰਪਨੀ ਦੇ ਵਿੱਚ ਬੁਲਾਇਆ ਗਿਆ ਅਤੇ ਡਰਾਇਆ ਧਮਕਾਇਆ ਜਾ ਰਿਹਾ ਵੀ ਤੁਸੀਂ ਇਸ ਦੀ ਜਾਣਕਾਰੀ ਮੀਡੀਆ ਨੂੰ ਕਿਉਂ ਦਿੱਤੀ। ਸੋ ਦੋਸਤੋ, ਇਸ ਖਬਰ ਦੀ ਅਪਡੇਟ ਲਈ ਅਸੀਂ ਸਿੱਧਾ ਚੱਲਦੇ ਹਾਂ ਮੋਹਾਲੀ। ਰਾਜੂ ਜਿਨ੍ਹਾਂ ਨੇ ਸਾਨੂੰ ਕੱਲ੍ਹ ਵੀ ਜਾਣਕਾਰੀ ਦਿੱਤੀ ਸੀ ਉਹਨਾਂ ਤੋਂ ਲੈਂਦੇ ਹਾਂ ਅੱਜ ਇਸ ਖਬਰ ਦੀ ਪੂਰੀ ਅਪਡੇਟ। ਜੀ ਰਾਜੂ ਜੀ, ਕੀ ਹੋਇਆ ਇਸ ਖਬਰ ਤੋਂ ਬਾਅਦ? ਗੱਲ ਏਦਾਂ ਹੋਈ, ਜਿਹੜੀ ਖਬਰ ਕੱਲ ਹੋ ਗਈ ਸੀ ਉਹ ਫੈਲ ਗਈ, ਕਹਿਣ ਲੱਗੇ ਕਿ ਕਿਆ ਬੋਲਦੇ ਕਿ ਉੱਥੇ ਪਹੁੰਚ ਗਈ, ਕਹਿਣ ਲੱਗੇ ਕਿ HR ਤੋਂ ਜਾ ਕੇ ਗੱਲ ਕਰ ਲਈ, ਸਾਡਾ ਫੀਲਡ ਹੈਗਾ ਮਨਦੀਪ, ਉਹ ਕਹਿਣ ਲੱਗਿਆ ਕਿ ਮੈਨੇਜਰ ਕੋਲ ਜਾ ਕੇ ਗੱਲ ਕਰ ਲਈ, ਤੈਨੂੰ ਆਫਿਸ HR ਵਿੱਚ ਬੁਲਾਇਆ ਸੀਗਾ, ਤੋ ਉੱਥੇ ਜਾਣਾ ਪਊਗਾ। ਤੋ ਮੈਂ ਮੰਗ ਰੱਖੀ ਇਹ ਕਿ ਸੈਲਰੀ ਇੱਥੇ ਨਾ ਵੱਧ ਕੇ ਮਿਲ ਰਹੀ ਹੈ ਉਨਾ ਹੀ ਮਿਲ ਰਹੀ ਹੈ, ਗੁਜ਼ਾਰਾ ਕਿੰਨੀ ਹੋਊਗਾ, ਔਰ ਜਾਂ ਰੈਸ਼ਨ ਮਿਲਣਾ ਸੀਗਾ ਉੱਥੇ ਸਾਬਣ ਔਰ ਤੇਲ ਮਿਲ ਰਿਹਾ ਹੈਗਾ ਅੱਜ ਜੀ, ਤੋ ਇਸ ਤੇਲ ਸਾਬਣ ਚ ਰੱਖੀ ਕੀ ਕਰਾਂ ਮੈਂ ਜੀ ਜੀ ਜੀ, ਜਾਂ ਸਾਬਣ ਲਗਾਵਾਂ ਜਾਂ ਤੇਲ ਲਗਾਵਾਂ ਕਿਆ ਕਰਾਂ ਜੀ? ਸਹੀ ਗੱਲ ਹੈ ਰਾਜੂ, ਸਹੀ ਗੱਲ ਹੈ ਰਾਜੂ ਜੀ। ਕਿਹੜੀ ਕੰਪਨੀ ਹੈ ਇਹ ਜੀ? ਲੋਇੰਸ ਸਰਵਿਸ MC ਨਗਰ ਨਿਗਮ। ਲੋਇੰਸ ਸਰਵਿਸ ਜੀ ਲਿਮਿਟਡ ਨਗਰ ਨਿਗਮ ਸੇ ਕਰਾ ਜਾ ਰਿਹਾ ਹੈ, ਔਰ ਮਤਲਬ ਯਹੀ ਵਰਦੀ ਵਾਲੇ ਬੰਦੇ ਕੱਲ ਵੀ ਦੱਸਿਆ ਸੀਗਾ ਮੈਂ, ਯਹੀ ਵਰਦੀ ਵਾਲੇ ਉੱਥੇ ਵੀ ਚੰਡੀਗੜ੍ਹ ਚ ਕੰਮ ਕਰਦੇ ਸੀਗੇ, ਇੱਥੇ ਪੂਰੇ ਮੋਹਾਲੀ ਚ ਵੀ 30-40 ਬੰਦੇ ਹੋਣਗੇ ਘੱਟ ਤੋਂ ਘੱਟ। ਤੋ ਸੋਹਣਾ ਦੀ ਸਾਰਾ ਇਹਦੀ ਕਿ ਇਹੀ ਦਿੱਕਤ ਹੈਗੀ ਕਿ ਮੇਰੇ ਵੱਲੋਂ ਉਹਨਾਂ ਦੀ ਸਬਜ਼ੀ ਮਤਲਬ ਸਹੀ ਢੰਗ ਸੇ ਮਤਲਬ ਕਾਮ ਸੇਵਾ ਕਰਾ ਜਾਏ, ਤੋ ਗਲਬ ਗਲਬ ਤੋਂ ਮਿਲਾ ਥਾ, ਤੋ ਮਤਲਬ ਫਟ ਫੁੱਟ ਰਹੇ ਆ, ਦੁਬਾਰਾ ਕੋਈ ਸੁਵਿਧਾ ਨਹੀਂ ਪਹੁੰਚ ਰਿਹਾ ਮਾਰੇ ਪਾਸ ਜੀ। ਰਾਜੂ ਜੀ, ਤੁਹਾਨੂੰ ਸਰੋਂ ਦੇ ਤੇਲ ਦੀਆਂ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਬੋਤਲਾਂ ਤੇ ਸਾਬਣ ਦਿੱਤਾ ਗਿਆ, ਤੁਹਾਡੀ ਗੱਲ ਵੀ ਸਹੀ ਹੈ ਵੀ ਮੈਂ ਇਸ ਨੂੰ ਖਾਵਾਂ, ਪਰ ਰਾਜੂ ਜੀ ਜਾਣਨਾ ਚਾਹਾਂਗੇ ਤੁਹਾਨੂੰ ਕਿਸ ਦਾ ਫੋਨ ਆਇਆ ਸੀ ਕੰਪਨੀ ਚੋਂ, ਵਿਅਕਤੀ ਦਾ ਕੀ ਨਾਮ ਹੈ? ਕੰਪਨੀ ਚੋਂ ਸਾਡਾ ਫੀਲਡ ਅਮਨਦੀਪ ਹੈਗਾ, ਉਹਨਾਂ ਦੇ ਕੋਲ ਆਏ ਸੀਗਾ, ਉਹਨਾਂ ਨੇ ਮੈਨੂੰ ਦੱਸਿਆ ਹੈਗਾ ਤੂੰ ਰਾਜੂ ਕਹਿੰਦੇ ਕੱਲ ਨਿਊਜ਼ ਵਿੱਚ ਮਤਲਬ ਸਾਰਾ ਫੈਲ ਗਿਆ ਸੀਗਾ ਜੀ, ਤੋ ਅਬ ਤੂੰ ਚਮਨਦੀਪ ਕੋਲ ਜਾ, ਜੋ ਚਮਨ ਸਰ ਹੈ ਮਾਰੇ ਉਹ ਮੈਨੇਜਰ ਹੈ, ਉਨਕੇ ਪਾਸ ਜਾਣੇ ਕੇ ਲਈ ਬੋਲ ਰਹੇ ਮੇਰੇ ਕੋ ਮਿਲਨੇ ਕੇ ਲਈ ਜੀ। HR ਮੈਂ ਹੋਰ ਤੁਹਾਨੂੰ ਇਸ ਇਲਾਵਾ ਕੀ ਕੁਝ ਕਿਹਾ ਗਿਆ ਉਹਨਾਂ ਦੇ ਵੱਲੋਂ? ਉਹਨਾਂ ਦੇ ਵੱਲੋਂ ਤੋਂ ਬਸ ਇਹੀ ਕੋਲ ਆਇਆ ਸੀਗਾ, ਜਿਹੜਾ ਮਾਰਾ ਫੀਲਡ ਅਫਸਰ ਹੈਗਾ ਉਹਨੂੰ ਆਇਆ ਸੀਗਾ, ਉਹ ਕਹਿਣੇ ਲੱਗਿਆ ਕਿ ਉੱਥੇ ਦਫ਼ਤਰ ਚਲੇ ਜਾਏਗਾ, HR ਤੋਂ ਤੈਨੂੰ ਮਿਲਨੇ ਕੇ ਲਈ ਬੁਲਾਏ ਆਏਗੇ। ਸੋ ਇਹ ਸੀ ਰਾਜੂ ਜੀ ਜਿਨ੍ਹਾਂ ਨੇ ਸਾਨੂੰ ਕਿ ਆਪਣਾ ਪੱਖ ਦੱਸਿਆ ਅਤੇ ਦੱਸਿਆ ਕਿ ਉਹਨਾਂ ਨੂੰ ਇਸ ਖਬਰ ਤੋਂ ਬਾਅਦ ਜਿਹੜਾ ਕਿ ਫੋਨ ਆਇਆ ਅਤੇ ਕੰਪਨੀ 'ਚ ਬੁਲਾਇਆ ਜਾ ਰਿਹਾ ਉਹ ਡਰੇ ਵੀ ਹੋਏ ਨੇ। ਆਓ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਕੰਪਨੀ ਦੇ ਹੀ ਚਮਨਦੀਪ ਮਿਸ਼ਰਾ ਨਾਲ, ਜਿਨ੍ਹਾਂ ਨੇ ਇਹਨਾਂ ਨੂੰ ਬੁਲਾਇਆ ਕੰਪਨੀ 'ਚ। ਹੈਲੋ, ਨਮਸਕਾਰ ਜੀ। ਨਮਸਕਾਰ ਸਰ। ਨਮਸਕਾਰ HR ਚਮਨਦੀਪ ਸਿੰਘ ਬੋਲ ਰਹੇ ਹੋ ਜੀ? ਨਹੀਂ HR ਨਹੀਂ ਸਰ, ਮੇਰਾ ਨਾਮ ਚਮਨ ਮਿਸ਼ਰਾ ਹੈ। ਲੋਇੰਸ ਸਰਵਿਸ ਲਿਮਿਟਡ ਕੰਪਨੀ। ਹਾਂ ਜੀ ਹਾਂ ਜੀ ਬਿਲਕੁਲ, ਲੋਇੰਸ ਸਰਵਿਸ ਜੀ, ਬਤਾਈਏ ਜੀ। ਚਮਨ ਜੀ, ਤੁਹਾਡੇ ਕੰਪਨੀ ਦੇ ਕਰਮਚਾਰੀ ਨੇ ਮੋਹਾਲੀ ਤੋਂ ਰਾਜੂ ਜੀ, ਰਾਜੂ ਜੀ ਹਾਂ ਜੀ ਜੀ, ਕੱਲ੍ਹ ਸਾਡੇ ਚੈਨਲ ਦੇ ਵੱਲੋਂ ਇੱਕ ਖਬਰ ਦਿਖਾਈ ਗਈ ਸੀ ਤੇ ਵੀ ਸਫਾਈ ਕਰਮਚਾਰੀ ਜਿਹੜੇ ਕਿ ਉਹ ਭੁੱਖੇ ਮਰ ਰਹੇ, ਉਹਨਾਂ ਨੂੰ ਖਾਣ ਪੀਣ ਦੇ ਵੱਲੋਂ ਕੁਝ ਵੀ ਇੰਤਜ਼ਾਮ ਨਹੀਂ ਕੀਤੇ ਜਾ ਰਹੇ, ਅਤੇ ਜਿਸ ਤੋਂ ਬਾਅਦ ਉਹਨਾਂ ਦਾ ਸਾਫ਼ ਆਰੋਪ ਹੈ ਕਿ ਵੀ ਹੁਣ ਉਹਨਾਂ ਨੂੰ ਤੁਹਾਡੇ ਵੱਲੋਂ ਕੰਪਨੀ 'ਚ ਬੁਲਾਇਆ ਗਿਆ। ਅਮਨਦੀਪ ਸਿੰਘ ਨਾਮ ਦੇ ਵਿਅਕਤੀ ਦਾ ਉਸਨੂੰ ਫੋਨ ਆਉਂਦਾ ਅਤੇ ਉਹ ਕਹਿ ਰਿਹਾ ਵੀ HR ਦੇ ਅੱਗੇ ਪੇਸ਼ ਹੋਵੇ, ਵੀ ਤੈਨੂੰ ਇਸ ਤਰ੍ਹਾਂ ਮੀਡੀਆ ਅੱਗੇ ਨਹੀਂ ਬੋਲਣਾ ਚਾਹੀਦਾ ਸੀ, ਅਤੇ ਹੁਣ ਉਸਨੂੰ ਡਰਾਇਆ ਧਮਕਾਇਆ ਵੀ ਜਾ ਰਿਹਾ। ਅਤੇ ਰਾਜੂ ਨੇ ਇਹ ਵੀ ਕਿਹਾ ਵੀ ਸਾਨੂੰ ਸਿਰਫ ਸਰੋਂ ਦੀ ਤੇਲ ਦੀ ਬੋਤਲਾਂ ਅਤੇ ਸਾਬਣ ਦਿੱਤਾ ਗਿਆ। ਸਫਾਈ ਕਰਮਚਾਰੀ ਦਾ ਸਾਫ਼ ਤੌਰ 'ਤੇ ਕਹਿਣਾ ਵੀ ਮੈਂ ਇਸ ਨੂੰ ਖਾਵਾਂ ਕੀ ਕਰਾਂ, ਦੱਸੋ ਇਸ ਦੇ ਬਾਰੇ ਜਾਣਕਾਰੀ ਲੈਣੀ ਤੁਹਾਡੇ ਤੋਂ। ਤੁਸੀਂ ਕਿੱਥੋਂ ਬੋਲ ਰਹੇ ਸਰ? A1 ਪੰਜਾਬੀ ਟੀਵੀ ਦੇ ਹੈੱਡ ਆਫਿਸ ਤੋਂ ਬੋਲ ਰਿਹਾ। ਠੀਕ ਹੈ ਜੀ, A1 ਪੰਜਾਬੀ ਟੀਵੀ ਤੋਂ ਜੀ। ਸਰ ਐਸਾ ਹੈ, ਠੀਕ ਹੈ ਜੀ, ਹਮਾਰੇ ਜੋ ਜਿਤਨੇ ਇੰਪਲਾਈਜ਼ ਹੈ ਜੀ, ਇਨ ਲੋਗੋਂ ਕੋ ਗੁੜ ਤੇਲ ਸਾਬਣ ਜੋ ਉਨਕੀ ਮੰਥਲੀ ਰਿਕੁਆਇਰਮੈਂਟ ਹੋਤੀ ਹੈ ਵੋ ਰਿਸਟ੍ਰਿਕਸ਼ਨ ਹੋਤਾ ਹੈ, ਠੀਕ ਹੈ ਜੀ ਜੀ, ਇਨਕੋ ਹਰ ਮਹੀਨੇ ਸੈਲਰੀ ਮਿਲਤੀ ਹੈ ਜੀ,
ठीक है जी, सैलरी में इनको जो भी पार्ट ऑफ इनका जो वर्किंग होता है उसको सैलरी दी जाती है जी। ठीक है सर, और जो गोटेल वाली जो बात कर रहे हैं, इनका जो ड्यूज होते हैं जो मंथली रिक्वायरमेंट होते हैं वो शासन को दिया जाता है, ये कुछ स्पेशल वो नहीं है, एक तरह से यूनियन का एग्रीमेंट है शासन को दिया जाता है जी। चमन जी, होता ठीक है, असी मंदे तुहाडी गल भी एग्रीमेंट हुंदा, पर तुहानू पता है भी साडा देश जिहड़ा है कि वह महामारी की भयानक जंग नाल लड़ रहा है, तो साडा भी फर्ज बनता है कि जेडे आम लोग या भुखे लोग मर रहे हैं उन्होंने राशन पानी जो भी असी कर सकते हैं देइए, तो वह तो साफ इल्जाम लगा रहे थोड़े भी सानू खाने को दिता नहीं आ रहा। कंपनी सैलरी बेस काम करवा रही है जी, हूँ मैं जो सैलरी बेस काम कर रहा हूँ कंपनी में राशन नहीं प्रोवाइड करी, सैलरी देगी ना सर। चमन जी मैं गल मंदा भी तुसी कंपनी एच आर हो, पर सैलरी मिलेगी ना सर, सैलरी तो अभी राशन आप सैलरी जो खरीदा है सर। कितनी सैलरी देंगे तुसी एक कर्मचारी नु, सफाई कर्मचारी नु? सर सफाई कर्मचारी 7,500 मिलता है जी महीने का जी। सर वो तो कह रहे हैं भी सानू तो 6,000 रुपया सैलरी मिलती है, तो दूसरा जी मेन गल है मैं तुसी इना दी सैलरी स्लिप चेक कर सकते हो जी। चमन जी जिन्ना भी इना ਆਪਾਂ ਸੈਲਰੀ ਗੱਲ ਇੱਕ ਸਾਈਡ ਰੱਖ ਦਿੰਦੇ ਹਾਂ, ਤੁਸੀਂ ਪਹਿਲਾਂ ਮੇਰੀ ਗੱਲ ਸੁਣੋ ਸਰ, ਬੇਸ ਦਾ ਸਕੇਲ ਹੈ ਉਸ ਨਾਲ ਇਹਨੂੰ ਚੱਲਦੀ ਹੈਂਡਓਵਰ ਕੀਤੀ ਜਾਂਦੀ ਠੀਕ ਹੈ। ਚਲੋ ਸਰ ਮੈਂ ਤੁਹਾਡੀ ਗੱਲ ਮੰਨਦਾ ਵੀ ਤੁਸੀਂ 7,500 ਸੈਲਰੀ ਜੋ ਵੀ ਤੁਸੀਂ ਕਹਿ ਰਹੇ ਹੋ ਠੀਕ ਹੈ, ਪਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਕੋਲ ਇੱਕ ਅਜਿਹੇ ਵੀਡੀਓ ਹੈ ਜਿਹਦੇ ਵੀ ਤਸਵੀਰਾਂ ਸਾਫ਼ ਦਿਖਾ ਰਹੀ ਹੈ ਕਿ ਨਾ ਤਾਂ ਉਹਨੇ ਕੋਲ ਕੰਪਨੀ ਨੇ ਕੋਈ ਗਲਵਸ ਦਿੱਤੇ ਹੈ, ਨਾ ਸੈਨੀਟਾਈਜ਼ਰ ਦਿੱਤੇ ਹੈ, ਨਾ ਉਹਨਾਂ ਕੋਲ ਜੁੱਤੇ ਹੈ, ਨਾ ਉਹਨਾਂ ਕੋਲ ਪ੍ਰੋਪਰ ਕਿੱਟ ਹੈ। ਸਰ ਸਭ ਕੁਝ ਦਿੱਤਾ ਗਿਆ ਜੀ, ਗਲਵਸ ਸਰ ਤਸਵੀਰਾਂ ਵਿੱਚ ਕੁਝ ਵੀ ਨਹੀਂ ਹੈ ਸਰ। सर कौन जिम्मेवार है सर, जेकर सर मेरी गल सुनो, चमन जी करवा सकते हैं, चमन जी कौन जिम्मेवार है जेकर वो बीमार हो जाते इस महामारी नाल? सर सब नु सब कुछ दिता जा रहा है जी, किसी नु कुछ नहीं है जी। सर जेकर दिता जांदा ता ये लोग सवाल क्यों चुकदे? हां जी सर, जेकर कंपनी प्रोवाइड कर रही हुंदी है सारा समान ता ये लोग क्यों सवाल चुकदे, क्यों मीडिया तक आना पैंदा इहनां नु? सर ये सवाल चक रहे हैं, बिल्कुल नजायज कर रहे हैं जी, तुम ये तो फील अफसर को पूछ सकते हो जी, तुम यूनियन को पूछ सकते हो जी। सर मेरे को तस्वीर है सर, वीडियो है सर मेरे को, हां जी सर मेरे को वीडियो है सर, जिस दे विच कुछ औरतें भी शामिल ने, औरत भी साफ तौर पर कह रही है भी साडे जेहड़े बच्चे हैं भुखे मर रहे ने, अते असी जेकर काम करते जे किसी पानी मंगते सानू पानी भी नहीं मिल रहा पीण नू, उहनां दी इह हालत होई पई सर, तुहानू पता है सर साडे कोल इदां दे कोई मामले साडे नजर च नहीं आए जी। सर तुसी भी सर तुसी एक जिम्मेवार देखो, जिम्मेवार पोस्ट पे बैठे हो, एचआर दी पोस्ट बहुत वड्डी पोस्ट हुंदी है, की तुहाडी जिम्मेवारी नहीं बनदी अपने कर्मचारियों वल्लों पुछना भी वो किस तरह काम कर रहे हो? देखो सर एक इंसानियत दे नाते ही सर, सर मैं एचआर च नहीं है, वड्डी गल तां मैं ऑपरेशन देखदा हैगा जी, ठीक है जी, ते असीं हर बंदे नूं हक्क अवेल करवाउण दी पूरी साडी कोशिश हैगी जी, ईवन कई एनजीओ तो द्वारा असीं राशन भी सब दवाया गया है। सर तुसी सर कह रहे हो भी तेल दी बोतल साबण देते हो, की करन नूं लाओ? बिना जी बताया न्यूज भी आई है, ठीक है जी, और सब कुछ अवेल किया जा रहा है जी, ते सर मेरी सरकार ने भी राशन मंडिया जी लेबर नूं, ठीक है। चमन जी मेरी एक गल का जवाब दे दो, तुसी भी इंसान हो, अपने घर दे विच राशन जरूरी है कि साबण ते तेल जरूरी है? सर राशन सर देखो जो बंदा सैलरी बेस्ड है जी उन्होंने सैलरी प्रोवाइड की जाएगी ना सर। पर सर साडा एक जिम्मेवार सर, असी कंपनी फील्ड च काम करते हैं, परिवार वांग रहिंदे हैं, कंपनी दी वी कुछ जिम्मेवारियां बनदियां हैं, जेकर साडा कोई कर्मचारी कंपनी सैलरी प्रोवाइड करवा रही है सर, ठीक है, अच्छा कंपनी पैसा दे देगी, कंपनी पैसा ही देंदी है सर, ठीक है सर। सर जे कल नूं वो व्यक्ति मर जांदा तां कंपनी तां सैलरी दे रहेगी, अगर उसनूं कुछ कंपनी सैलरी देगी अगर बीमार हो जांदा है? सर हर एम्प्लॉई सर ईएसआई पीएफ तो विच पूरी तरह दे विच ओदे ऐड हुंदा है जी, ठीक है जी, असीं इवन ईएसआई साडे कोल डेथ केस हुंदा असीं ईएसआई तो पूरा क्लेम दवांदे आ बंदे नूं जी, ठीक है जी, उन्होंने असीं अपने बंदे नूं 10-10 लाख तक दा दवाया होया जी बीमा जी, जिहड़े बंदे साडे ऑन ड्यूटी टाइम कोई वार बंदे नशे पे हुंदी है जी। ते जेकर सर कोई हुण व्यक्ति तुहाडी कंपनी दा ही चलो आपां गल करदे आ भी बीमार हो जांदा इस महामारी च, क्योंकि उन्हां कोल ग्लव्स भी नहीं है, सैनिटाइजर किटा कुछ भी नहीं है, जो बीमार होंदा तां होर वी लोकां नूं करनगे, सैनिटाइजर भी दित्ता होया जी, सब कुछ दित्ता होया जी। सर जे दित्ता हुंदा तां रोब क्यों लगदे चमन जी? सर मैं ओही तां पुछां, ओही तां तुहानूं बुलाया गया, इहनूं पुछण लई वी किहनूं किसे नूं क्यों नहीं मिली जी। फिर चमन जी सब तों वड्डी गल इह है कि कोई अमनदीप नाम दा ही व्यक्ति है, वह फोन करके उसनूं डरा धमका रहा भी तू मीडिया सामने अपना पक्ष क्यों रख्या? अमनदीप नूं डरा धमका नहीं किया गया, अमनदीप नूं इह किया गया कि वह बंदे नूं लैके आवे, उहनूं पुछा जावांगा कि वी उहनूं क्यों नहीं मिलिया, उसनूं जी असीं पूरी लेवल नूं 700 बंदा रोज़ काम करदा जी जी। चमन जी असीं तां बंदे नूं पूरा चीज़ां अवेल कराईआं, चमन जी असीं तां अपने चैनल दे राही इही कहना चाहुंदे आं भी जेकर तुहाडे जिहड़े भी कर्मचारी हैं जिन्हों को समान नहीं है तो उन्होंने समान दिता जाए, ताकि लोग बार बार ना 100% इसलिए अभी अवॉइड करा चीजा जिस बंद को कुछ नहीं है जरूर अवेल की जाएगी, क्योंकि सर देखो पंजाब के कैप्टन तो इलावा देश के प्रधानमंत्री नरेंद्र मोदी का भी यही कहना है भी जेडे सफाई कर्मचारी हैं वो इस समय एक अहम रोल अदा कर रहे हैं इस महामारी के संकट, तो पता है बिल्कुल सर, साडा फर्ज बनता है सर, तुसी सैलरी की गल कर रहे हो, तुसी सैलरी दे रहे हैं सर, असीं भी
ਸਰ ਮੈਂ ਨਾ ਜੀ ਇੰਚਾਰਜ ਹਾਂ, ਮੈਂ ਵੀ ਸਫਾਈ ਕਰਮਚਾਰੀ ਹੈਗਾ ਜੀ, ਮੈਂ ਕੰਧੇ ਦਾ ਕੰਧਾ ਮਿਲਾ ਕੇ ਨਾਲ ਦੇਸ ਨਾਲ ਖੜ ਕੇ ਫੀਲਡ ਵਿੱਚ ਕੰਮ ਕਰਾਉਂਦਾ ਜੀ। ਸਰ ਜੇ ਕੰਧੇ ਨਾਲ ਕੰਧਾ ਮਿਲਾ ਕੇ ਚੱਲਦੇ ਤਾਂ ਉਹ ਲੋਕ ਸਾਹਮਣੇ ਨਹੀਂ ਆਉਂਦੇ ਮੀਡੀਆ ਦੇ? ਹਾਂਜੀ ਸਰ, ਜੇ ਤੁਸੀਂ ਕੰਧੇ ਨਾਲ ਕੰਧਾ ਮਿਲਾ ਕੇ ਚੱਲਦੇ ਤਾਂ ਉਹ ਲੋਕਾਂ ਨੂੰ ਮੀਡੀਆ ਸਾਹਮਣੇ ਕਿਉਂ ਪੇਸ਼ ਹੋਣਾ ਪੈਂਦਾ? ਸਰ ਮੈਂ ਇਹੀ ਚੀਜ਼ ਉਹਨੂੰ ਤਾਂ ਉਹਨੂੰ ਬੁਲਾਇਆ ਗਿਆ, ਉਹਨੂੰ ਪੁੱਛਿਆ ਜਾਣ ਲਈ ਕਿ ਵੀ ਤੈਨੂੰ ਕਿਉਂ ਨਹੀਂ ਮਿਲਿਆ ਤੇ ਉਹ ਸਰ ਉਹ ਕੱਲਾ ਰਾਜੂ ਨਹੀਂ ਹੈ ਸਰ, ਉਸ ਤੋਂ ਕਿਉਂ ਇਹ ਬੰਦਾ ਐਦਾਂ ਕਹਿ ਰਿਹਾ ਕਿਉਂ ਨਹੀਂ ਮਿਲਿਆ ਇਹ? ਸਰ ਇਹ ਕੱਲਾ ਰਾਜੂ ਨਹੀਂ, ਇਸ ਦੇ ਨਾਲ ਹੋਰ ਵੀ 20 ਬੰਦੇ ਨੇ ਜਿਹੜੇ ਕਹਿ ਰਹੇ ਨੇ ਜੀ, ਔਰਤਾਂ ਵੀ ਸ਼ਾਮਲ ਨੇ। ਦੇਖੋ 700 ਬੰਦਾ ਜੀ ਮਾਲੀ ਦਾ, ਤੁਸੀਂ 700 ਬੰਦੇ ਕਨਫਰਮ ਕਰ ਸਕਦੇ ਹੋ ਮਾਲੀ ਨੂੰ ਗਲਵਜ਼ ਮਾਸ ਮਿਲਿਆ ਕਿ ਨਹੀਂ ਮਿਲਿਆ ਜੀ? ਨਹੀਂ ਸਰ, ਅਸਮ ਅਸੀਂ ਕਸਮ ਕਿਉਂ ਖਵਾਣੀ, ਸਾਡੇ ਕੋਲ ਵੀਡੀਓ ਨੇ 20 ਬੰਦੇ ਵਿੱਚ ਕਹਿ ਰਹੇ ਨੇ ਘੱਟੋ ਘੱਟ, ਜਨਾਨੀਆਂ ਤਾਂ ਕਹਿ ਰਹੀਆਂ, ਔਰਤਾਂ ਤਾਂ ਘਰੋਂ ਵਿੱਚੋਂ ਕਹਿੰਦੇ ਸਾਡੇ ਕੋਲ ਕੁਝ ਨਹੀਂ ਮਿਲ ਰਿਹਾ ਸਾਨੂੰ, ਸਾਡੇ ਪੇਸ ਕੇ ਨਹੀਂ ਬੁਲਾਏ ਜਾ ਰਹੇ। ਸਰ ਸਰਕਾਰਾਂ ਦੇ ਪੂਰੇ ਹੁਕਮ ਨੇ ਉੱਪਰੋਂ ਵੀ ਕੰਪਨੀਆਂ ਖਿਆਲ ਰੱਖਣਗੀਆਂ ਆਪਣੇ ਮੁਲਾਜ਼ਮਾਂ ਦਾ। ਸਰ ਅਸੀਂ ਮਨਾ ਹੀ ਨਹੀਂ ਕਰ ਰਹੇ, ਅਸੀਂ ਦੇ ਰਹੇ ਹਾਂ ਸਰ। ਚਲੋ ਸਰ ਠੀਕ ਹੈ, ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ, ਪਰ ਅਸੀਂ ਵੇਲ ਕਰਾ ਰਹੇ ਹਾਂ, ਸਾਡੇ ਕਮਿਸ਼ਨ ਸਾਹਿਬ ਨੇ ਹੁਕਮ ਕਰਿਆ ਵੀ ਹਰ ਬੰਦੇ ਨੂੰ ਹਰ ਚੀਜ਼ ਮਿਲਣੀ ਚਾਹੀਦੀ ਹੈ, ਅਸੀਂ ਹਰ ਚੀਜ਼ ਦੇ ਰਹੇ ਹਾਂ ਬੰਦੇ ਨੂੰ ਸਰ। ਚਲੋ ਸਰ ਮੈਂ ਤੁਹਾਡੀ ਗੱਲ ਮੰਨਦਾ, ਪਰ ਫਿਰ ਉਹਨਾਂ ਨੂੰ ਸਾਹਮਣੇ ਕਿਉਂ ਆਉਣਾ ਪੈ ਰਿਹਾ ਕੈਮਰੇ ਦੇ? ਜੇਕਰ ਸਰ ਕੋਈ ਗਰੀਬ ਬੰਦਾ ਆਪਣੀ ਆਵਾਜ਼ ਚੁੱਕਦਾ ਤਾਂ ਉਸਨੂੰ ਦਬਾਇਆ ਜਾ ਰਿਹਾ ਨੀਚੇ ਵੱਡੇ ਵੱਡੇ ਅਫਸਰ ਵੱਲੋਂ? ਸਰ ਇਲਜ਼ਾਮ ਦੂਰ ਕਰਾਂਗੇ, ਹਾਂਜੀ ਅਸੀਂ ਉਹਦੀ ਪ੍ਰੋਬਲਮ ਦੂਰ ਕਰਾਂਗੇ ਸਰ, ਦਵਾਵਾਂਗੇ ਇਹਨੂੰ ਪ੍ਰੋਬਲਮ ਦੂਰ ਕਰਾਂਗੇ। ਚਮਨ ਜੀ ਅਸੀਂ ਵੀ ਇਹੀ ਚਾਹੁੰਦੇ ਹਾਂ, ਉਸਦਾ ਸਾਫ ਤੌਰ ਤੇ ਕਹਿਣਾ ਵੀ ਜਿਹੜੇ ਵੱਡੇ ਅਫਸਰ, ਜਿਹੜੇ ਵੱਡੇ ਵੱਡੇ ਅਫਸਰ ਹੈ ਉਹਨਾਂ ਵੱਲੋਂ ਉਸਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕਿ ਆਪਣੇ ਦੇਸ਼ ਹੈਗਾ ਹੁਣ ਇਹਦਾ? ਸਰ ਇੱਕ ਬੰਦੇ ਦੀ ਗੱਲ ਨੀ ਸਰ, ਸਰ 20 ਬੰਦੇ ਹੈ ਸਰ, 20 ਬੰਦਿਆਂ ਨੂੰ ਵੇਲ ਹੋਏਗਾ ਜੀ ਸਮਾਨ ਸਾਰਾ, ਹਰ ਇੱਕ ਬੰਦੇ ਨੂੰ 700 ਬੰਦਿਆਂ ਨੂੰ ਸਮਾਨ ਦੇ, 20 ਬੰਦੇ ਕਿਉਂ ਛੱਡਾਂਗੇ ਦੱਸੋ ਸਰ? ਸਰ ਇੱਕ ਬੰਦੇ ਦੀ ਆਪਾਂ ਮੰਨਦੇ ਆ ਵੀ ਇੱਕ ਬੰਦਾ ਗਲਤ ਹੋ ਸਕਦਾ, ਪਰ ਜਿਹਦੇ ਵਿੱਚ 20 ਬੰਦੇ ਨੇ ਘੱਟੋ ਘੱਟ ਔਰਤਾਂ ਵੀ ਸ਼ਾਮਲ ਨੇ, ਦੱਸੋ ਉਹਨਾਂ ਨੂੰ ਕੀ ਲੋੜ ਹੈ ਤੁਹਾਡੇ ਖਿਲਾਫ? ਜੀ ਸਰ ਉਹਨਾਂ ਦੇ ਪੈਰਾਂ ਦੀ ਹਾਲਤ ਦੇਖੀ ਤੁਸੀਂ, ਪੈਰਾਂ ਚੱਪਲਾਂ ਦੇਖੀ ਕਿਹੜੀਆਂ ਪਾਈ ਹੋਈਆਂ ਸਰ? ਮਿਲ ਰਿਹਾ ਸਰ, ਸਰ ਸਾਰੀਆਂ ਮੈਡੀਕਲ ਸ਼ੋਪਸ ਖੁੱਲੀਆਂ ਹੋਈਆਂ, ਅਵੇਲੇਬਲ ਹੈ ਸਰ ਸਾਰਾ ਕੁਝ? ਸਰ ਮੈਡੀਕਲ ਸ਼ੋਪਸ ਜੁੱਤੇ ਤਾਂ ਨਹੀਂ ਮਿਲਦੇ ਸਰ? ਸਰ ਜੁੱਤੇ ਵੀ ਸਰ ਨਹੀਂ ਮਿਲਦੇ, ਅਲੱਗ ਗੱਲ ਹੈ ਸਰ, ਘੱਟੋ ਘੱਟ ਗਲਵਜ਼ ਤੇ ਮਾਸਕ ਤਾਂ ਉਹਨੂੰ ਸੈਨੇਟਾਈਜ਼ਰ ਦਿੱਤੇ ਜਾਣ ਨਾ, ਗਲਵਜ਼ ਦਿੱਤੇ ਗਏ ਆ ਜੀ, ਗਲਵਜ਼ ਮਾਸਕ ਦਿੱਤੇ ਗਏ ਆ, ਮੇਰਾ ਉਹਨੂੰ ਫੇਰ ਦੁਬਾਰਾ ਰਿਪੀਟ ਕਰ ਰਹੇ, ਗਲਵਜ਼ ਮਾਸਕ ਉਹਨੂੰ ਪ੍ਰੋਵਾਈਡ ਕਰਵਾਇਆ ਗਿਆ ਜੀ, ਇਸ ਲਈ ਮੈਂ ਉਹਨੂੰ ਬੁਲਾ ਰਿਹਾ ਕਿ ਮੈਂ ਪਤਾ ਲੱਗੇ ਕਿ ਬੰਦਿਆਂ ਨੂੰ ਡਿਊਟੀ 'ਤੇ ਜਦ ਗਲਵਜ਼ ਮੰਡੇ ਗਏ ਸੀਗੇ ਕਿ ਉਹ ਬੰਦਾ ਡਿਊਟੀ 'ਤੇ ਸੀਗਾ, ਅਗਰ ਸੀਗਾ ਤਾਂ ਉਹਨੂੰ ਕਿਉਂ ਨਹੀਂ ਮਿਲੇ? ਚਲੋ ਠੀਕ ਹੈ ਚਮਨ ਜੀ, ਮੈਂ ਤਾਂ ਬਸ ਇੰਨਾ ਕਹਿਣਾ ਚਾਹੁੰਦਾ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਕੰਪਨੀ ਦਾ ਫਰਜ਼ ਬੰਦਾ ਦੇਖੋ ਆਪਣੇ ਮੁਲਾਜ਼ਮਾਂ ਦੇ ਪੂਰਾ। ਉਹ ਭਰਾ ਹੈ ਸਾਡੇ ਲਈ, ਉਹ ਭੈਣ ਹੈਗੀ ਸਾਡੇ ਲਈ, ਮਾਵਾਂ ਹੈਗੀਆਂ ਸਾਡੇ ਨਾਲ ਕੰਮ ਕਰ ਰਹੀਆਂ ਜੀ ਉਹ। ਜੀ ਚਮਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਅਸੀਂ ਇਹਨਾਂ ਨੂੰ ਅਸੀਂ ਆਪਣੇ ਪਰਿਵਾਰ ਦੇ ਰੱਖਦੇ ਹਾਂ ਜੀ ਸਾਰੇ ਬੰਦਿਆਂ ਨੂੰ ਜੀ, ਠੀਕ ਹੈ ਜੀ, ਮੇਰਾ ਪਰਿਵਾਰ ਹੈ, ਇਹਨਾਂ ਪਰਿਵਾਰ ਦੇ ਨਾਲ ਹੀ ਅਸੀਂ ਇੱਥੇ ਚੱਲ ਰਹੇ ਹਾਂ ਜੀ, ਸਾਰੇ ਸ਼ਹਿਰ ਦੇ ਵਿੱਚ ਸਫਾਈ ਕਰ ਰਹੇ ਹਾਂ ਜੀ। ਜੀ ਠੀਕ ਹੈ ਜੀ, ਜੀ ਚਮਨ ਜੀ ਅਸੀਂ ਕੌਂਸਲ ਸਾਹਿਬ ਨਾਲ ਮਿਲ ਕੇ ਸਭ ਨੂੰ ਅਸੀਂ ਚਾਹੁੰਦੇ ਜਦੋਂ ਜਦੋਂ ਭੈਣ ਕੋਈ ਦੁਖੀ ਹੈ ਤਾਂ ਉਹਦੀ ਅਸੀਂ ਦੁੱਖ ਸਮੱਸਿਆ ਦੂਰ ਕਰੀਏ, ਮੈਂ ਇਸ ਲਈ ਉਹਨੂੰ ਇਸ ਆਪਾਂ ਇਹ ਕਿਹਾ ਕਿ ਇਹ ਬੰਦੇ ਨੂੰ ਕਿਉਂ ਨਹੀਂ ਮਿਲਿਆ, ਇਹਨੂੰ ਮੇਰੇ ਕੋਲ ਲੈ ਕੇ ਆਇਆ ਜਾਵੇ ਜੀ, ਤਾਂ ਕਿ ਮੈਂ ਉਹਨੂੰ ਪੁੱਛਾਂ ਬਾਈ ਜਿਸ ਦਿਨ ਸਮਾਨ ਵੱਢਿਆ ਗਿਆ ਸੀਗਾ ਇਹ ਕਿੱਥੇ ਸੀਗਾ ਜੀ, ਠੀਕ ਹੈ ਜੀ, ਇਹਨੂੰ ਸਮਾਨ ਕਿਉਂ ਨਹੀਂ ਮਿਲਿਆ ਜੀ, ਇਹਨੂੰ ਮਿਲਿਆ, ਠੀਕ ਹੈ ਜੀ। ਜੀ ਚਮਨ ਜੀ ਦੇਖੋ ਇਨਸਾਨੀਅਤ ਦੇ ਨਾਤੇ ਫਰਜ਼ ਵੀ, ਇਨਸਾਨੀਅਤ ਦੇ ਨਾਤੇ ਫਰਜ਼ ਵੀ ਤੁਹਾਡਾ ਹੀ ਬੰਦਾ ਹੈ ਵੀ ਜਿਹੜੇ ਤੁਹਾਡੇ ਮੁਲਾਜ਼ਮ ਨੇ ਜਾਂ ਕਰਮਚਾਰੀ ਨੇ, ਮੇਰਾ ਫਰਜ਼ ਹੈ ਜੀ, ਮੇਰੇ ਭਰਾ ਆਇਆ, ਮੇਰੇ ਭਰਾ ਭੈਣ ਆਇਆ ਜਿਹੜੇ ਉਹ ਸਾਰੇ ਕੰਮ ਕਰ ਰਹੇ ਹੈ ਜੀ, ਮੈਂ ਉਹਨਾਂ ਦਾ ਪੂਰਾ ਖਿਆਲ ਰੱਖਾਂਗਾ ਜੀ ਆਪਣੇ ਪਰਿਵਾਰ ਦੀ ਤਰ੍ਹਾਂ। ਜੀ ਚਮਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਜਾਣਕਾਰੀ ਦੇਣ ਲਈ ਸਰ, ਧੰਨਵਾਦ ਸਰ, ਧੰਨਵਾਦ, ਸ਼ੁਕਰੀਆ। ਸੋ ਦੋਸਤੋ ਤੁਸੀਂ ਵੀ ਦੇਖਿਆ ਕਿਸ ਤਰ੍ਹਾਂ ਕੱਲ੍ਹ ਸਾਡੇ ਚੈਨਲ ਦੇ ਵੱਲੋਂ ਸਫਾਈ ਕਰਮਚਾਰੀਆਂ ਦੀ ਇੱਕ ਖਬਰ ਦਿਖਾਈ ਗਈ ਸੀ, ਜਿਸਦੇ ਵਿੱਚ ਸਫਾਈ ਕਰਮਚਾਰੀਆਂ ਦਾ ਸਾਫ਼ ਤੌਰ 'ਤੇ ਕਹਿਣਾ ਸੀ ਕਿ ਸਾਨੂੰ ਕੁਛ ਵੀ ਨਹੀਂ ਮਿਲ ਰਿਹਾ ਕੰਪਨੀ ਵੱਲੋਂ, ਅਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਪ੍ਰਸ਼ਾਸਨ ਅਤੇ ਸਰਕਾਰ ਤੋਂ ਵੀ ਜਲਦੀ ਤੋਂ ਜਲਦੀ ਜਿਹੜੇ ਸਾਨੂੰ ਖਾਣ ਪੀਣ ਦਾ ਸਮਾਨ ਦਿੱਤਾ ਜਾਵੇ, ਪਰ ਇਸ ਤੋਂ ਬਾਅਦ ਕੰਪਨੀ ਦੇ ਵੱਲੋਂ ਉਹਨਾਂ ਨੂੰ ਸਰ੍ਹੋਂ ਦੇ ਤੇਲ ਦੀਆਂ ਬੋਤਲਾਂ ਅਤੇ ਸਾਬਣ ਦੇ ਦਿੱਤਾ ਗਿਆ। ਅਤੇ ਜਦੋਂ ਅਸੀਂ ਸਫਾਈ ਕਰਮਚਾਰੀ ਰਾਜੂ ਜਿਨ੍ਹਾਂ ਨਾਲ ਕੱਲ੍ਹ ਵੀ ਗੱਲ ਹੋਈ ਸੀ, ਉਹਨਾਂ ਨੂੰ ਦੁਬਾਰਾ ਗੱਲਬਾਤ ਕੀਤੀ ਤਾਂ ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਵੀ ਅਸੀਂ ਸਾਬਣ ਜਾਂ ਤੇਲ ਨੂੰ ਖਾਈਏ, ਅਸੀਂ ਇਸਦਾ ਕੀ ਕਰੀਏ, ਜਦਕਿ ਉਹਨਾਂ ਨੂੰ ਲੋੜ ਹੈ ਇਸ ਸਮੇਂ ਰਾਸ਼ਨ ਦੀ। ਪਰ ਦੋਸਤੋ ਇੱਥੇ ਦੇਖਣ ਵਾਲੀ ਗੱਲ ਇਹ ਰਹੀ ਕਿ ਜਦੋਂ ਅਸੀਂ ਕੰਪਨੀ ਦੇ ਹੀ HR ਕਹਿ ਲਈਏ ਚਮਨ ਮਿਸ਼ਰਾ, ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਤਾਂ ਉਹ ਮੰਨ ਹੀ ਨਹੀਂ ਰਹੇ ਸੀ ਵੀ ਅਸੀਂ ਉਹਨਾਂ ਨੂੰ ਕੁਝ ਕਿਹਾ ਫੋਨ 'ਤੇ। ਅਤੇ ਇਸ ਖਬਰ ਤੋਂ ਬਾਅਦ ਅਮਨਦੀਪ ਨਾਮ ਦੇ ਇੱਕ ਵਿਅਕਤੀ ਦੇ ਵੱਲੋਂ, ਜੋ ਕਿ ਸਾਫ਼ ਕਹਿੰਦਾ ਵੀ ਕੰਪਨੀ ਦੇ ਵੀ ਤੁਹਾਨੂੰ ਬੁਲਾਇਆ ਗਿਆ ਅੱਜ, ਅਤੇ ਜਿਸ ਤਰ੍ਹਾਂ ਸਾਨੂੰ ਦੱਸਿਆ ਸੀ ਕਿ ਰਾਜੂ ਜੀ ਨੇ ਪੱਖ ਵਿੱਚ ਵੀ ਸਾਨੂੰ ਕੰਪਨੀ ਵੱਲੋਂ ਡਰਾਇਆ ਧਮਕਾਇਆ ਵੀ ਜਾ ਰਿਹਾ, ਇਸ ਦੇ ਵਿੱਚ ਕੁਝ ਵੱਡੇ ਲੋਕ ਵੀ ਨੇ। ਹੁਣ ਦੋਸਤੋ ਇਸਦੇ ਉਲਟ ਮਿਸ਼ਰਾ ਜੀ ਕਹਿ ਰਹੇ ਹੈ ਵੀ ਅਸੀਂ ਸਾਰਾ ਸਮਾਨ ਦੇ ਰਹੇ ਹਾਂ ਅਤੇ ਅਸੀਂ ਉਹਨਾਂ ਨੂੰ ਹੁਣ ਬੁਲਾਇਆ ਵੀ ਉਹਨਾਂ ਨੂੰ ਸਮਾਨ ਕਿਉਂ ਨਹੀਂ ਮਿਲਿਆ,
कि सफाई कर्मचारियों कदों तक समान मिलता है और कद तक इन सहूलत इन्हों मिल सकनगियां। असं इस पूरी नज़र रखांगे और जो भी सानू इसकी कोई अपडेट मिलेगी तो इस बारे जानकारी देंदे रहांगे। उत्तर जुड़े रहो एवन पंजाबी टीवी नाल। मैनू फिलहाल दिओ इजाजत, धन्यवाद। मैं अपने ये मोढ़ियां ते गोढ़ियां तो बहुत दुखी सी। मेरे लिए तो तुरना फिरना भी इन्ना औखा होया सी, मैं दस भी नहीं सकता, पर जब तो मैनू ही रिलीफ मिले 2-3 महीने इस्तेमाल करने तो बाद गोडे भी ओके, मोढ़े भी ओके। जी तुसी भी किसी इस तरह की बीमारी तो परेशान हो तो बेझिझक होकर इसनों इस्तेमाल करो। सिर्फ 2-3 महीने ये 125 बीमारियां तक दे इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दस्या। मैं ये तेल 3 महीने लाना अपने सिर पर अप्लाई किया, ये बिल्कुल आयुर्वैदिक तेल है, इहदा कोई साइड इफेक्ट नहीं है। तो मेरे बाल जिहड़े गंजपन पैना शुरू हो गया सी वो दोबारा आने लग गए, तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो ये तेल लाना ना भुलो। कितना कितनी असं अपने बालों करके शर्म फील करते हैं, कितनी सोसाइटी बैठे हैं कि कोई मजाक ना कर रहा है, पर थैंक्स टू फ्री लीव जिन्हें मेरा एक कॉन्फिडेंस बिल्ड किया, जिसे लगाने नाल मैं मार्केट से बड़ा ही कॉन्फिडेंट हाँ और ये मैं बड़ा फायदा होया। तो मैं सर्वाइकल की भी दिक्कत सी, तो वह भी मैं बड़ा रिलीफ मिले। यूज़ करो तो मैं प्रैक्टिकल यूज़ कर रहा।